ਪੁੱਤਰ ਵੰਡਾਉਣ ਜ਼ਮੀਨਾਂ, ਧੀਆਂ ਦਰਦ ਵੰਡਾਉਂਦੀਆਂ ਨੇ। ਇਹ ਸਤਰਾਂ ਅੱਜ ਦੇ ਜ਼ਮਾਨੇ ਵਿੱਚ ਸੱਚ ਨੇ, ਪਰ ਕਈ ਪਰਿਵਾਰਾਂ ਦੇ ਵਿੱਚ ਅੱਜ ਵੀ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ। ਇਹ ਗੱਲ ਢੁਕਵੀਂ ਸਾਬਤ ਹੋਈ ਸਮਰਾਲਾ ਦੇ ਨਜ਼ਦੀਕੀ ਪਿੰਡ ਛੰਦਰਾ ਦੇ ਕੋਲ ਬਣੀ ਫੈਕਟਰੀ ਦੇ ਕੰਧ 'ਤੇ ਕੁਝ ਘੰਟੇ ਪਹਿਲਾਂ ਇੱਕ ਨਵਜਨਮੀ ਬੱਚੀ ਨੂੰ ਉਸਦੇ ਪਰਿਵਾਰ ਵਾਲੇ ਲਵਾਰਸ ਛੱਡ ਕੇ ਚਲੇ ਗਏ। ਇੱਥੋਂ ਤੱਕ ਕਿ ਬੱਚੀ ਦਾ ਨਾੜੂ ਵੀ ਨਹੀਂ ਕੱਟਿਆ ਹੋਇਆ ਸੀ ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਦੀ ਲੰਘਦੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ। ਉਹ ਔਰਤ ਉਸ ਬੱਚੀ ਕੋਲ ਗਈ ਅਤੇ ਲਵਾਰਸ ਪਿਆ ਦੇਖ ਕੇ ਆਪਣੀ ਛਾਤੀ ਨਾਲ ਲਾ ਲਿਆ। ਆਲੇ ਦੁਆਲੇ ਦੇਖਦਿਆਂ ਬੱਚੀ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮਿਲੇ, ਜਿਸ ਕਰਕੇ ਉਹ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਲੈ ਕੇ ਆ ਗਈ, ਜਿੱਥੇ ਡਾਕਟਰਾਂ ਨੇ ਇਸਦਾ ਇਲਾਜ ਸ਼ੁਰੂ ਕੀਤਾ ਹੈ। ਉਹ ਹਮਾਰਾ ਉੱਪਰ ਕੜਕੜ ਪਰ ਰੱਖਾ ਥਾ ਬੱਚਾ, ਲਪੇਟ ਕੇ ਰੱਖ ਦਿਆ ਥਾ, ਮੈਂ ਬੱਚਾ ਉਠਾ ਲਿਆ ਗੋਦ ਮੇਂ। ਗੋਦ ਮੇਂ ਤਰਸ ਵੀ ਆਇਆ, ਪਤਾ ਨਾ ਬੱਚਾ ਕੇ ਤਾਂ ਜਲਨ ਦੇ ਦਿਆ, ਮੈਂ ਕਿ ਉਸਕੋ ਪਤਲ ਪਾਲ ਨਹੀਂ ਕੀਆ, ਕਿਸੀ ਕੋ ਪਾਸ ਬਿਜਨੇ ਸੇ ਕਿਆ ਫਾਇਦਾ, ਕਿਸੀ ਕੋ ਦੇ ਦੇਤਾ ਤਾਂ ਪੋਸ ਲੇਤਾ, ਪਾਲ ਲੇਤਾ ਆਪਣੇ ਬੱਚੇ ਕੇ, ਤੂੰ ਨਹੀਂ ਪਾਲਤੇ, ਮੈਂ ਪਾਲ ਕੇ ਉਸਕੋ ਜ਼ਿੰਦਗੀ ਤਾਂ ਦੇਤਾ। ਦੁਨੀਆ ਲੋਕ ਬੋਲਤਾ ਇਹੀ ਨਾ, ਜੇ ਕਿਸੀ ਨੇ ਬੱਚਾ ਵਿਕ ਦਿਆ ਤਾਂ ਫਲਾਣੇ ਆਦਮੀ ਭਈਆ ਰਾਣੀ ਪੋਸ ਲਿਆ, ਉਸਕੋ ਪੋਸ ਪਾਲ ਕੇ ਬਰੇ ਕਰ ਦੀਏ। ਕਿਤਨੇ ਟਾਈਮ ਕਾ ਬੱਚਾ ਹੈ? ਇਹ ਮੇਰੇ ਕੋ ਪਤਾ ਨਹੀਂ ਹੈ, ਮੈਂ ਤਾਂ ਜਾ ਰਹਾ ਥਾ ਨਹਾਨੇ, ਡਿਊਟੀ ਕਾ ਸਮਾਂ ਹੋ ਰਹਾ ਥਾ, ਮੈਂ ਡਿਊਟੀ ਜਾ ਰਹਾ ਥਾ, ਮੇਰਾ ਮੁੰਡਾ ਆ ਰਹਾ ਥਾ, ਦਤੂਨ ਤੁਰਕੇ ਕਰੀ ਬੇਟਾ ਦਤੂਨ ਲਿਆ ਦੇ, ਮੈਂ ਮੂੰਹ ਧੋ ਕੇ ਤਿਆਰੇ ਹੋ। ਉਹ ਮੇਰਾ ਮੁੰਡਾ ਦੇਖਾ ਬੋਲਤਾ ਮੰਮੀ ਮੈਂ ਉੱਪਰ ਦੇਖਣਾ ਬੱਚਾ ਹੈ, ਤਾਂ ਕਹਿੰਦੀ ਇਹ ਚਿਰੀ ਚੁਰੀ ਕਾ ਬੱਚਾ ਹੋਗਾ। ਫਿਰ ਨਾਲ ਮੈਂ ਚਾਰਾ, ਮੈਂ ਦੇਖਾ ਜੋ ਵਹਾਂ ਪਰ ਕੱਪੜੇ ਮੈਂ ਬੱਚਾ ਲੱਭ। ਕਿੰਨੀ ਉੱਚਾ ਦਵਾਰ ਥਾ? ਇਹ ਇਤਨਾ ਉੱਚਾ ਹੈ, ਦੇਰ ਉੱਚਾ ਨਾ, ਇਹ ਉੱਪਰ ਜੈਸੇ ਕਰਕਟ ਹੈ ਨਾ ਵੈਸੇ ਹੀ। ਫਿਰ ਆਪ ਬੱਚੇ ਕੋ ਕਹਾਂ ਤੇ ਲੈ ਕੇ ਆਏ ਹੋ? ਮੈਂ ਡਾਇਰੈਕਟ ਲੈ ਕੇ ਗੇਟ ਪਰ ਆ ਗਿਆ, ਗੇਟ ਵਾਲਾ ਲੋਕ ਬੋਲੇ, ਫਿਰ ਬੋਲੇ ਜੇ ਚਲੋ ਹਸਪੀਟਲ ਲੈ ਕੇ ਚਲੋ, ਫਿਰ ਮੈਂ ਹਸਪੀਟਲ ਲੈ ਕੇ ਆਇਆ। ਸਿਵਲ ਹਸਪਤਾਲ ਸਮਰਾਲਾ ਦੀ ਸਟਾਫ ਨਰਸ ਸਰਬਜੀਤ ਕੌਰ ਉਸ ਮਾਸੂਮ ਬੱਚੀ ਨੂੰ ਦੇਖ ਕੇ ਭਾਵੁਕ ਹੋ ਗਈ ਅਤੇ ਬੱਚੀ ਨੂੰ ਅਪਡੇਟ ਕਰਨ ਦਾ ਐਲਾਨ ਕਰ ਦਿੰਦੀ ਹੈ। ਸਟਾਫ ਨਰਸ ਦਾ ਕਹਿਣਾ ਹੈ ਕਿ ਉਸਦੇ ਘਰ ਵਿੱਚ ਕੋਈ ਬੱਚਾ ਨਹੀਂ ਹੈ ਅਤੇ ਕਰੀਬ ਕਈ ਸਾਲ ਤੋਂ ਉਹ ਬੱਚੇ ਦੀ ਖੁਆਹਿਸ਼ ਲੈ ਕੇ ਜਾਂਦਾ ਹਨ। ਅੱਜ ਉਸ ਦੀ ਖੁਆਹਿਸ਼ ਪੂਰੀ ਹੋਈ ਹੈ, ਇਸ ਲਈ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ। ਹਾਂਜੀ, ਸਾਡੇ ਕੋਲ ਇੱਕ ਨਿਊਬੋਰਨ ਬੇਬੀ ਆਇਆ ਤੇ ਉਹਦੀ ਕੇਅਰ ਮੈਂ ਕੀਤੀ ਆ ਤੇ ਬਹੁਤ ਜ਼ਿਆਦਾ ਲਿਬੜਿਆ ਹੋਇਆ ਸੀ, ਕਿਸੇ ਨੇ ਆਪਣੀ ਕੰਧ 'ਤੇ ਰੱਖਿਆ ਹੋਇਆ ਸੀਗਾ, ਉਹ ਕੰਧ ਤੋਂ ਚੁੱਕ ਕੇ ਪਿੰਡ ਵਾਲੇ ਜਿਹੜੇ ਨੇ ਉਹ ਮੇਰੇ ਕੋਲ ਸਾਡੇ ਕੋਲ ਲੈ ਕੇ ਆਏ ਨੇ। ਅਸੀਂ ਉਹਨੂੰ ਕਲੀਨ ਕਰਤਾ, ਕੋਲ ਟਾਈਪ ਕੀਤੀ ਆ ਉਹਦੀ ਤੇ ਉਹਦੀ ਛੋਟੀ ਮੈਂ ਲੈਣੀ ਹੈ, ਮੈਂ ਸਟਾਫ ਹਾਂ, ਸਟਾਫ ਨਰਸ ਹਾਂ ਤੇ ਮੈਨੂੰ ਬੱਚਾ ਚਾਹੀਦਾ, ਇਸ ਕਰਕੇ ਜਿਹੜਾ ਬੱਚਾ ਉਹ ਮੈਂ ਹੀ ਉਹਦਾ ਇਲਾਜ ਕਰਾਉਂਗੀ ਤੇ ਮੈਂ ਹੀ ਪੂਰੀਆਂ ਨੈਸੈਸਿਟੀਜ਼ ਦਊਂਗੀ ਉਹਨੂੰ। ਤੁਹਾਡੇ ਮਨ ਦੇ ਵਿੱਚ ਕਿੱਦਾਂ ਹੈ? ਮੇਰੇ ਮਨ ਦੇ ਵਿੱਚ ਇਮੀਡੀਏਟਲੀ ਆਇਆ ਕਿਉਂਕਿ ਸਾਡੇ ਘਰ 'ਚ ਬੱਚਾ ਨਹੀਂ ਹੈਗਾ ਲਗਭਗ 20 ਸਾਲ ਤੋਂ ਤੇ ਸਾਨੂੰ ਬਹੁਤ ਜ਼ਰੂਰੀ ਸੀ ਬੱਚੇ ਦੀ, ਅਸੀਂ ਬੱਚਾ ਲੈ ਰਹੇ ਮੈਂ ਲੈ ਡਾਕੂਮੈਂਟ ਵਗੈਰਾ ਫਿਲ ਕਰਕੇ ਕਿਤੇ ਕਰਾਂ? ਹਾਂਜੀ, ਪੁਲਿਸ ਨੂੰ ਇਨਫੋਰਮ ਕਰਤਾ ਹੈਗਾ, ਪੁਲਿਸ ਵਾਲੇ ਆਉਣਗੇ, ਮੇਰੇ ਤੋਂ ਡਾਕੂਮੈਂਟ ਜੋ ਵੀ ਹੋਏਗਾ ਬੱਚੇ ਦਾ ਸਾਰਾ ਮੈਂ ਕਰਾਂਗੀ। ਜੇ ਬੱਚੇ ਰੈਫਰ ਵੀ ਕਰਤਾ ਹੈਗਾ ਮੈਚੋਰ ਬੇਬੀ ਤਾਂ ਮੈਂ ਇਹਨੂੰ ਲੈ ਕੇ ਜਾਵਾਂਗੀ, ਸਾਰੀ ਜ਼ਿੰਮੇਵਾਰੀ ਮੇਰੀ। ਇੱਕ ਸਾਡੇ ਕੋਲ ਸਵੇਰੇ 7:15 ਵਜੇ ਬੱਚਾ ਲੈ ਕੇ ਆਉਂਦਾ ਰਿਹਾ, ਕਟਾਣੀ ਦੇ ਰਹਿਣ ਵਾਲੇ ਨੇ ਜਿਹਨਾਂ ਨੇ ਲੈ ਕੇ ਆਉਂਦਾ ਵਾ। ਬੱਚਾ ਨਿਊ ਬੋਰਨ ਬੱਚਾ ਵਾ, ਇਮੈਚਿਓਰ ਆ, ਪ੍ਰੀ ਟਰਮ ਹੈ, ਅਰਾਊਂਡ 8 ਮੰਥਸ ਦਾ ਬੱਚਾ ਲੱਗਦਾ ਵਾ, ਠੀਕ ਹੈ। ਔਰ ਇੱਕ ਤਰ੍ਹਾਂ ਅਨਵਾਂਟਡ ਚਾਈਲਡ ਦਾ ਲਾਈਕ ਕੇਸ ਹੀ ਹੈ। ਜਿਹਨਾਂ ਨੇ ਲੈ ਕੇ ਆਉਂਦਾ ਉਹਨਾਂ ਨੇ ਇਹ ਦੱਸਿਆ ਕਿ ਬੱਚਾ ਇੱਥੇ ਕੋਈ ਕਟਾਣੀ ਕੋ ਫੈਕਟਰੀ ਆ ਨਾਮ ਧਾਰੀਆਂ ਦੀ, ਉਹ ਫੈਕਟਰੀ ਦੇ ਪਿੱਛੇ ਕੋਈ ਜਿਹੜੇ ਮਾਈਗ੍ਰੈਂਟ ਲੇਬਰ ਉਹਨਾਂ ਦੇ
ਰਹਿਣ ਦੇ ਰੈਜੀਡੈਂਟ ਪਲਾਟ ਵਗੈਰਾ ਬਣੇ ਹੋਏ ਆ, ਉੱਥੇ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਏਦਾਂ ਹੀ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ। ਬੱਚੇ ਦੀ ਕੋਡ ਅਸੀਂ ਕਲੈਂਪ ਕਰਤੀ ਹੈ, ਠੀਕ ਹੈ, ਆਕਸੀਜਨ ਲਗਾ ਦਿੱਤੀ ਹੈ ਇੱਥੇ ਸਾਡੇ। ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ, ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਲੁਧਿਆਣੇ ਸਾਡੇ ਸਰਕਾਰੀ ਡਿਸਟ੍ਰਿਕਟ ਹੋਸਪਿਟਲ 'ਚ ਰੈਫਰ ਕਰ ਰਹੇ ਹਾਂ। ਪੁਲਿਸ ਇਨਫੋਰਮੇਸ਼ਨ ਅਸੀਂ ਆਪਣੇ ਵੱਲੋਂ ਭੇਜਦੀ ਆ ਵੀ ਇੱਦਾਂ ਉਹ ਕਿਸੇ ਕੋਲ ਡ੍ਰੌਪ ਕਰਨ ਦੇ ਵੀ ਕਿਹਾ, ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।